ਵਿਲਚੰਦ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਹਾਲੀ ਗ੍ਰੇਨੇਡ ਹਮਲੇ ਦੀ, ਜਿਸ ਵਿੱਚ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ। ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਹਿਰਾਸਤ 'ਚ ਲਿਆ, ਜੋ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ। ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਆਪਣੀ ਜਾਂਚ ਨੂੰ ਅੱਗੇ ਵਧਾ ਰਹੀਆਂ ਨੇ ਤੇ ਹੁਣ ਇੱਕ ਹੋਰ ਕਾਮਯਾਬੀ ਪੁਲਿਸ ਨੂੰ ਮਿਲੀ ਹੈ। ਦੱਸ ਦਈਏ ਕਿ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ। ਫਰੀਦਕੋਟ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਿਸ਼ਾਨ ਸਿੰਘ ਤੇ ਮੁਲਜ਼ਮਾਂ ਦੀ ਮਦਦ ਦਾ ਇਲਜ਼ਾਮ ਹੈ। ਉਸਨੂੰ ਹੁਣ ਫਰੀਦਕੋਟ ਤੋਂ ਕਾਬੂ ਕੀਤਾ ਗਿਆ, ਜਿਸ ਤੋਂ ਕਿ ਹੁਣ ਪੁੱਛਗਿੱਛ ਕੀਤੀ ਜਾਏਗੀ, ਸਵਾਲ ਜਵਾਬ ਕੀਤੇ ਜਾਣਗੇ। ਦੱਸ ਦਈਏ ਕਿ ਨਿਸ਼ਾਨ ਸਿੰਘ ਤੇ ਮੁਲਜ਼ਮਾਂ ਦੀ ਮਦਦ ਦਾ ਇਲਜ਼ਾਮ ਹੈ। ਹੋਰ ਕੀ ਕੁਛ ਉਸਦੇ ਕੋਲ ਜਾਣਕਾਰੀ ਹੋਏਗੀ, ਇਹ ਵੀ ਹੁਣ ਪਤਾ ਲਗਾਉਣ ਦੇ ਵਿੱਚ ਪੁਲਿਸ ਅਤੇ ਜਾਂਚ ਏਜੰਸੀਆਂ ਜੁਟੀਆਂ ਹੋਈਆਂ ਨੇ। ਦੱਸ ਦਈਏ ਕਿ ਝੂਠਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਹਿਰਾਸਤ 'ਚ ਲਿਆ। ਲਗਾਤਾਰ ਆਪਣੀ ਜਾਂਚ ਦਾ ਦਾਇਰਾ ਜਿਹੜਾ ਹੈ ਹੁਣ ਵਧਾਇਆ ਜਾ ਰਿਹਾ ਜਾਂਚ ਏਜੰਸੀਆਂ ਵੱਲੋਂ, ਜਿਸ ਨਾਲ ਬੀਤੇ ਦਿਨੀ ਇਹ ਹਮਲਾ ਹੋਇਆ ਸੀ। ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੇ ਦਫ਼ਤਰ ਤੇ ਇਹ ਹਮਲਾ ਹੋਇਆ ਸੀ ਔਰ ਬੀਤੇ ਦਿਨੀ DGP ਵੱਲੋਂ ਮੀਡੀਆ ਦੇ ਨਾਲ ਗੱਲ ਕਰਦਿਆਂ ਇਸ ਨੂੰ ਇੱਕ ਚੈਲੰਜ ਦੀ ਤਰ੍ਹਾਂ ਉਹਨਾਂ ਨੇ ਦੱਸਿਆ ਸੀ। ਹਾਲਾਂਕਿ ਰਾਹਤ ਦੀ ਗੱਲ ਰਹੀ ਸੀ, ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਇਆ। ਰਵਿੰਦਰ ਮੀਤ ਸਾਡੇ ਨਾਲ ਜੁੜੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਰਵਿੰਦਰ, ਲਗਾਤਾਰ ਜਾਂਚ ਏਜੰਸੀਆਂ ਵੱਲੋਂ ਆਪਣੀ ਜਾਂਚ ਜਿਹੜੀ ਹੈ ਤੇਜ਼ ਕੀਤੀ ਗਈ ਹੈ ਔਰ ਹੁਣ ਜੋ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਜਿੱਥੇ ਕਿ ਫਰੀਦਕੋਟ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨੂੰ ਕਾਬੂ ਕੀਤਾ ਗਿਆ, ਉੱਥੇ ਤਿੰਨ ਹੋਰ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ, ਕੀ ਕੁਛ ਤੁਹਾਡੇ ਕੋਲ ਅਪਡੇਟ ਹੈ? ਨਿਸ਼ਾਨ ਸਿੰਘ ਜੋ ਕਿ ਮੋਹਾਲੀ ਬਲਾਸਟ ਦੇ ਵਿੱਚ ਸੂਤਰਧਾਰ ਦਾ ਕੰਮ ਕਰ ਰਿਹਾ ਸੀ ਜਾਂ ਫਿਰ ਉਹ ਸਹਿਯੋਗ ਕਰ ਰਿਹਾ ਸੀ, ਇਸ ਕਰਕੇ ਉਸਨੂੰ ਅਰੈਸਟ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ। ਹਾਲਾਂਕਿ ਪੁੱਛਗਿੱਛ ਹਾਲੇ ਤੱਕ ਜਾਰੀ ਆ, ਅੱਜ ਬਹੁਤ ਵੱਡੇ ਖੁਲਾਸੇ ਪੰਜਾਬ ਪੁਲਿਸ ਵੀ ਕਰ ਸਕਦੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ, ਕਿਉਂਕਿ ਤਿੰਨ ਲੋਕਾਂ ਨੂੰ ਰਾਊਂਡ ਅਪ ਕਰਨ ਦੀ ਵੀ ਲਗਾਤਾਰ ਗੱਲਬਾਤ ਸਾਹਮਣੇ ਆ ਰਹੀ ਹੈ ਅਤੇ ਪੁਲਿਸ ਵੱਲੋਂ ਬੀਤੀ ਰਾਤ ਇਹ ਕਲੇਮ ਵੀ ਕੀਤਾ ਗਿਆ ਸੀ ਕਿ ਜਿਹੜੇ ਵੀ ਇਸ ਦੇ ਵਿੱਚ ਗੁਨਾਹਗਾਰ ਨੇ, ਜਿਹੜੇ ਦੋਸ਼ੀ ਨੇ, ਉਹਨਾਂ ਦੋਸ਼ੀਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੰਜਾਬ ਪੁਲਿਸ ਵੱਲੋਂ ਅਤੇ ਇੱਕ ਲਾਂਚਰ ਬਰਾਮਦ ਹੋਣ ਦੀ ਵੀ ਗੱਲਬਾਤ ਪੰਜਾਬ ਪੁਲਿਸ ਵੱਲੋਂ ਕਹੀ ਗਈ ਸੀ। ਤਾਂ ਹੁਣ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਨਿਸ਼ਾਨ ਸਿੰਘ, ਕਿਉਂਕਿ ਫਰੀਦਕੋਟ ਦਾ ਰਹਿਣ ਵਾਲਾ, ਉਸਨੂੰ ਅਰੈਸਟ ਕੀਤਾ ਪੰਜਾਬ ਪੁਲਿਸ ਵੱਲੋਂ। ਹਾਲਾਂਕਿ ਉਸ ਤੋਂ ਅੱਗੇ ਪੁੱਛਗਿੱਛ ਲਗਾਤਾਰ ਚੱਲ ਰਹੀ, ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੱਜ ਪ੍ਰੈਸ ਕਾਨਫਰੰਸ ਕਰਕੇ ਖੁਲਾਸੇ ਖੁਦ ਪੁਲਿਸ ਵੀ ਕਰ ਸਕਦੀ ਹੈ ਕਿ ਅੱਗੇ ਤਾਰ ਕਿਸ ਨਾਲ ਜੁੜੇ ਹੋਏ ਸੀ, ਕਿਸ ਦੇ ਕਹਿਣੇ ਤੇ ਪੂਰਾ ਬਲਾਸਟ ਹੋਇਆ ਤੇ ਕਿਉਂ ਹੋਇਆ, ਇਹ ਤਮਾਮ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਗਾਤਾਰ ਪੁੱਛਗਿੱਛ ਦੇ ਘੇਰੇ ਦੇ ਵਿੱਚ ਹੈਗੀਆਂ ਨੇ। ਤਾਂ ਹੁਣ ਦੇਖਣਾ ਹੋਏਗਾ ਕਿ ਪੁਲਿਸ ਕਦੋਂ ਇਹ ਪ੍ਰੈਸ ਕਾਨਫਰੰਸ ਕਰਦੀ ਹੈ, ਲੇਕਿਨ ਹਾਲ ਫਿਲਹਾਲ ਇੱਕ ਵੱਡੀ ਖਬਰ ਜ਼ਰੂਰੀ ਆ ਮੋਹਾਲੀ ਬਲਾਸਟ ਦੇ ਨਾਲ ਜੁੜੀ ਹੋਈ ਕਿ ਪੁਲਿਸ ਨੂੰ ਇੱਕ ਵੱਡੀ ਅਚੀਵਮੈਂਟ ਜ਼ਰੂਰ ਇਸ ਮਾਮਲੇ ਦੇ ਵਿੱਚ ਮਿਲੀ ਹੈ ਕਿ ਗ੍ਰਿਫਤਾਰੀਆਂ ਕੁਛ ਇਸ ਮਾਮਲੇ ਦੇ ਵਿੱਚ ਕੀਤੀਆਂ ਗਈਆਂ ਨੇ। ਰਵਿੰਦਰ, ਸੋ ਜਿਸ ਤਰ੍ਹਾਂ ਦੇ ਨਾਲ ਇੱਥੇ ਇਹ ਜਾਂਚ ਅੱਗੇ ਵਧਾਈ ਜਾ ਰਹੀ ਹੈ, ਇਹ ਨਿਸ਼ਾਨ ਸਿੰਘ ਜਿਸ ਨੂੰ ਕਿ ਫਰੀਦਕੋਟ ਤੋਂ ਕਾਬੂ ਕੀਤਾ ਗਿਆ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਇਸਨੇ ਮੁਲਜ਼ਮਾਂ ਦੀ ਮਦਦ ਕੀਤੀ ਸੀ, ਕਿਸ ਤਰ੍ਹਾਂ ਦੀ ਮਦਦ ਕੀਤੀ ਸੀ, ਅੱਗੇ ਕਿਆ ਕਿੰਨੀ ਕੋਈ ਇਸਦੀ ਸ਼ਮੂਲੀਅਤ ਸੀ ਇਸ ਪੂਰੇ ਹਮਲੇ ਦੇ ਪਿੱਛੇ, ਹੋਰ ਕੀ ਕੁਝ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ, ਇਹ ਸਭ ਕੁਝ ਜਿਹੜਾ ਹੈ ਪਤਾ ਲਗਾਇਆ ਜਾਏਗਾ। ਰਵਿੰਦਰ ਮੀਤ ਲਗਾਤਾਰ ਬਣੇ ਹੋਏ ਨੇ। ਰਵਿੰਦਰ, ਜਿਸ ਤਰ੍ਹਾਂ ਦੇ ਨਾਲ ਇਹ ਨਿਸ਼ਾਨ ਸਿੰਘ ਨੂੰ ਹੁਣ ਕਾਬੂ ਕੀਤਾ ਗਿਆ, ਲੇਕਿਨ ਤਾਰ ਜਿਹੜੇ ਨੇ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਨਾਲ ਜਿਹੜੇ ਨੇ ਉਹ ਜੁੜੇ ਹੋਏ ਨੇ, ਕਿਉਂਕਿ ਲਗਾਤਾਰ ਅਸੀਂ ਦੇਖਿਆ ਕਿ ਬੀਤੇ ਲੰਮੇ ਸਮੇਂ ਤੋਂ ਹਥਿਆਰਾਂ ਦੀ ਖੇਪ ਜਿਹੜੀ ਹੈ ਡਰੋਨ ਦੇ ਜ਼ਰੀਏ ਆ ਰਹੀ ਹੈ ਔਰ ਕਿਤੇ ਨਾ ਕਿਤੇ ਜਿਹੜੀ ਬਰਾਮਦਗੀਆਂ ਵੀ ਹੋ ਰਹੀਆਂ ਨੇ ਉਹ ਇਸ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸ ਤਰ੍ਹਾਂ ਦੀ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਮਾਹੌਲ ਨੂੰ ਖਰਾਬ ਕਰਨ ਦੀਆਂ। ਦੇਖੋ ਜਿਸ ਤਰੀਕੇ ਨਾਲ ਇੰਟੈਲੀਜੈਂਸ ਦੀ ਹੈੱਡਕੁਆਰਟਰ ਦੇ ਉੱਤੇ ਜਿਹੜਾ ਇਹ ਅਟੈਕ ਹੋਇਆ ਤਾਂ ਸਿੱਧੇ ਤੌਰ ਤੇ ਪੰਜਾਬ ਦੇ ਦਿਮਾਗ ਤੇ ਅਟੈਕ ਮੰਨਿਆ ਜਾਂਦਾ ਇਸ ਅਟੈਕ ਨੂੰ, ਕਿਉਂਕਿ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਸੇ ਬਿਲਡਿੰਗ ਦੇ ਵਿੱਚ ਗੈਂਗਸਟਰ ਨੂੰ ਜਿਹੜਾ ਹੈਗਾ ਰੱਖਿਆ ਜਾਂਦਾ ਜਾਂ ਉਹਨਾਂ ਨਾਲ ਸੰਬੰਧਿਤ ਕੇਸ ਮਸਲਿਆਂ ਨੂੰ ਸਮਝਾਉਣ ਦੇ ਲਈ ਓਕੂ ਵੀ ਇਸੇ ਹੈੱਡਕੁਆਰਟਰ ਦੇ ਵਿੱਚ ਹੈਗਾ। ਇਸ ਤੋਂ ਇਲਾਵਾ ਨਸ਼ਿਆਂ ਦੇ ਲਈ ਜਿਹੜੀ SCF ਬਣੀਆਂ ਉਹ ਵੀ ਇੱਥੇ ਹੀ ਬੈਠਦੇ ਆ, ਇੰਟੈਲੀਜੈਂਸ ਇੱਥੇ ਬੈਠਦੀ ਆ। ਤਾਂ ਸਿੱਧੇ ਤੌਰ ਤੇ ਅਟੈਕ ਕਰਕੇ ਇੱਕ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਚੈਲੰਜ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਤਾਂ ਹੁਣ ਇਸ ਦੇ ਤਾਰ ਖੰਗਾਲੇ ਜਾ ਰਹੇ ਆ ਲਗਾਤਾਰ। ਜਿਸ ਤਰੀਕੇ ਨਾਲ ਤੁਸੀਂ ਸਵਾਲ ਵੀ ਪੁੱਛਿਆ ਕਿ ਇੰਟਰਨੈਸ਼ਨਲ ਕਨੈਕਸ਼ਨ, ਅੱਤਵਾਦੀ ਕਨੈਕਸ਼ਨ ਜਾਂ ਫਿਰ ਪਾਕਿਸਤਾਨ ਨਾਲ ਕਨੈਕਸ਼ਨ ਮੰਨੇ ਜਾ ਰਹੇ ਨੇ ਇਸ ਪੂਰੇ ਮਸਲੇ ਦੇ, ਤਾਂ ਪੁਲਿਸ ਵੱਲੋਂ ਵੀ ਇਹ ਜਿਹੜੇ ਕਲੂ ਦਿੱਤੇ ਗਏ ਨੇ ਕਿ ਪਾਕਿਸਤਾਨ ਤੋਂ ਇਸ ਤਰੀਕੇ ਦੀ ਐਕਟੀਵਿਟੀ ਲਗਾਤਾਰ ਕੀਤੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੇ ਲਈ, ਕਿਉਂਕਿ 550-600 ਕਿਲੋਮੀਟਰ ਦਾ ਐਸਾ ਘੇਰਾ ਹੈਗਾ ਜਿਹੜਾ
पंजाब का जो पाकिस्तान के नाल लगता था, पाकिस्तान वालों लगातार भारत के गतिविधियां वधाने के लिए पंजाब नूं रस्ते के तौर पर चुने जाता, तो पंजाब के शांति भंग करने की लगातार कोशिश की जाती है, चाहे वह ड्रग के जरिए हो, नशे के जरिए हो, या फिर होर बहुत सारे ढंग तरीके वरते जाते हैं पाकिस्तान वालों। तो इस मामले के पाकिस्तानी कनैक्शन टैररिस्ट कनैक्शन खंगालिया जा रहा। हालांकि रिंदा की जिस तरीके का जिक्र भी कर रहे हैं सुबह तो लगातार कि रिंदा का इस पूरे मामले के जिहड़ा कनैक्शन जुड़ता हुआ नजर आ रहा। हालांकि इस तो पहला जो चार व्यक्ति गिरफ्तार किए गए थे तो उन्होंने भी कनैक्शन कितने ना कितने रिंदा के नाल तारा जुड़दिया सी। तो यह तमाम जिहड़ा हैगा इन्वेस्टिगेशन का विषय हैगा, बहुत लंबा चौड़ा विषय हैगा, कोई छोटी साजिश नहीं हैगी, क्योंकि पंजाब दे विच कोई पहली घटना नहीं हैगी। पिछले डेढ़ दो महीनों तो लगातार कोई ना कोई घटना घटती आ रही है, चाहे वह ड्रग नाल जुड़ी हो, फिर टैररिज्म नाल जुड़ी हो, या फिर होर एक्टिविटी नाल जुड़ी हो। तमाम चीज़ों के एंगल पंजाब पुलिस लगातार लभ रही है, लगातार इन्वेस्टिगेशन कर रही है। हालांकि इन्वेस्टिगेशन लंबी चलन की उम्मीद हैगी है, क्योंकि तार कितों तक जुड़ते हैं, सरगना कौन हैगा इस पूरे मामले का, इस भी तह तक पहुँचना भी पंजाब पुलिस लिए बेहद जरूरी है, क्योंकि अगे भी किसी तरीके की अंतकामी घटना ना हो, जिस दे नाल पंजाब दे विच दहशत का माहौल बने, अशांति क्रिएट हो, उस तो भी पुलिस लगातार इस चीज़ को क्रैक करने की कोशिश कर रही है कि जो ये होया वो तो होया, उस इन्वेस्टिगेशन तो करनी है, लेकिन अगे कोई किसी तरीके की कोई एक्टिविटी ना हो या कोई प्लैंड ना हो उसको क्रैक करना भी पुलिस लिए बेहद जरूरी हैगा। तो सिर्फ पिछले कदम नहीं, अगले चार कदम सोच के पुलिस इन्वेस्टिगेशन कर रही है कि अगे किसी तरीके की कोई ऐसी प्लैनिंग तो नहीं हैगी पंजाब दे विच कि पंजाब की शांति भंग की जाए, तो उसको क्रैक करने की भी पंजाब पुलिस वालों लगातार कोशिश की जा रही है। बहुत बहुत शुक्रिया फिलहाल दी जानकारी, और जिस तरह लगातार जांच वधाई जा रही है, और हम मोहाली ग्रेनेड हमले दे विच पुलिस नूं जो है कामयाबी मिली है, तीन लोगों नूं होर हिरासत च ले जाण दी सूत्रां तों खबर है। उत्थे ही जो शख्स जिसकी तुसी तस्वीर वेख रहे हो सो फरीदकोट तों काबू किया गया। इल्जाम ने इस ते निशान सिंह दा नाम है जिसने कि मुलजमां की मदद की है, लेकिन किस तरह की मदद और की कुछ शमूलियत और किन्नी शमूलियत सी और की कुछ उन्होंने अगे प्लान सन, यह सब कुछ जो है जांच एजेंसियां पता लगा चुकिया हुई हैं।